ਜੈਕਟਾਂ ਲੀਡਰਾਂ ਕੀਰਤਨੀਆਂ ਸਿੰਘਾਂ ਗਾਇਕਾਂ ਦੇ ਪਹਿਰਾਵੇ ਦਾ ਇੱਕ ਜ਼ਰੂਰੀ ਹਿੱਸਾ ਹੈ। ਇਸ ਦੀ ਟੌਹਰ ਹੀ ਵੱਖਰੀ ਹੁੰਦੀ ਹੈ। ਅਕਾਲੀ ਜਥੇਦਾਰ ਅਕਸਰ ਹੀ ਕੁੜਤੇ ਪਜਾਮੇ ਉੱਪਰੋਂ ਜੈਕਟਾਂ ਪਾਉਂਦੇ ਰਹੇ ਹਨ। ਕਈ ਪੁਰਾਣੇ ਨਵੇਂ ਕਾਂਗਰਸੀ ਲੀਡਰ ਵੀ ਖੱਦਰ ਦੀਆਂ ਜੈਕਟਾਂ ਪਾਉਂਦੇ ਸੀ। ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਸਣੇ ਕਈ ਕਾਂਗਰਸੀ ਲੀਡਰ ਖੱਦਰ ਦੀਆਂ ਜੈਕਟਾਂ ਪਾਉਂਦੇ ਰਹੇ ਹਨ। ਘੱਟ ਸਿਆਲ ਦੀ ਰੁੱਤੇ ਵੀ ਜੈਕਟਾਂ ਆਮ ਹੀ ਪਾਈਆਂ ਜਾਂਦੀਆਂ ਹਨ। ਜਿੱਥੇ ਇਸ ਦੀ ਲੋੜ ਹੁੰਦੀ ਹੈ ਉੱਥੇ ਇਸ ਦੀ ਟੌਹਰ ਵੀ ਹੁੰਦੀ ਹੈ। ਇਹਨਾਂ ਵੋਟਾਂ ਦੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੈਕਟ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਰਹੀ ਹੈ। ਕਈ ਲੋਕ ਇਹ ਆਖ ਰਹੇ ਸੀ ਕਿ ਇੰਨੀ ਗਰਮੀ ਵਿੱਚ ਵੀ ਮੁੱਖ ਮੰਤਰੀ ਕੈਪਟਨ ਜੈਕਟ ਕਿਵੇਂ ਪਾਈ ਰੱਖਦੇ ਹੋਣਗੇ। ਇਸ ਬਾਰੇ ਕੁਝ ਗੱਲਾਂ ਸਾਹਮਣੇ ਆਈਆਂ ਹਨ ਕਿ ਸ਼ਿਮਲੇ ਦੇ ਕਿਸੇ ਜੋਤਸ਼ੀ ਨੇ ਕੈਪਟਨ ਨੂੰ ਕਿਹਾ ਸੀ ਕਿ ਜਿੰਨਾ ਚਿਰ ਤੁਸੀਂ ਜੈਕਟ ਪਹਿਨ ਕੇ ਲੋਕਾਂ ਵਿੱਚ ਵਿਚਰੋਗੇ ਉਨੇ ਚਿਰ ਤੱਕ ਤੁਹਾਡੇ ਸਿਰ 'ਤੇ ਤਾਜ ਸਜਿਆ ਰਹੇਗਾ। ਹੁਣ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਨਹੀਂ ਪਤਾ, ਕਿਉਂਕਿ ਅਜਿਹੀਆਂ ਅਫਵਾਹਾਂ ਵਰਗੀਆਂ ਗੱਲਾਂ ਅਕਸਰ ਸੋਸ਼ਲ ਮੀਡੀਆ 'ਤੇ ਚੱਲਦੀਆਂ ਹੀ ਰਹਿੰਦੀਆਂ ਹਨ। ਬਾਕੀ ਅਸਲ ਸੱਚ ਖੁਦ ਕੈਪਟਨ ਸਾਹਿਬ ਜਾਣਦੇ ਹੋਣਗੇ, ਪਰ ਕਿੰਨੀ ਵੀ ਗਰਮੀ ਹੋਵੇ ਕੈਪਟਨ ਸਾਹਿਬ ਇਹ ਜੈਕਟ ਪਾਈ ਰੱਖਦੇ ਹਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਸਾਂਢੂ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਇੱਕ ਖਾਸ ਤਰ੍ਹਾਂ ਦੀ ਜੈਕਟ ਪਹਿਨ ਕੇ ਰੱਖਦੇ ਹਨ। ਉਹਨਾਂ ਦੀ ਪਾਰਟੀ ਦੇ ਕੁਝ ਲੀਡਰਾਂ ਨੇ ਤਾਂ ਉਹਨਾਂ ਦੇ ਰੀਸੇ ਉਹਨਾਂ ਵਰਗੀਆਂ ਜੈਕਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਈਆਂ ਨੇ ਤਾਂ ਪਤਾ ਕਰਕੇ ਉਸੇ ਦਰਜੀ ਤੋਂ ਹੀ ਆਪਣੀਆਂ ਜੈਕਟਾਂ ਸਵਾਈਆਂ ਹਨ ਜਿੱਥੋਂ ਸਰਦਾਰ ਮਾਨ ਜੈਕਟਾਂ ਸਵਾਉਂਦੇ ਹਨ। ਅਤੇ ਖਾਸ ਗੱਲ ਇਹ ਹੈ ਕਿ ਮਾਨ ਦੀ ਪਾਰਟੀ ਦੇ ਇਹਨਾਂ ਲੋਕਾਂ ਦੀਆਂ ਜੈਕਟਾਂ ਦਾ ਰੰਗ ਵੀ ਉਹੀ ਹੈ ਜੋ ਸਰਦਾਰ ਮਾਨ ਦੀ ਜੈਕਟ ਦਾ ਹੈ। ਜਿੱਥੇ ਕੈਪਟਨ ਦੀ ਪਾਈ ਜੈਕਟ ਦਾ ਰਾਜ਼ ਅਜੇ ਤੱਕ ਨਹੀਂ ਖੁੱਲ੍ਹਿਆ, ਉੱਥੇ ਹੀ ਉਹਨਾਂ ਦੇ ਸਾਂਢੂ ਸਰਦਾਰ ਮਾਨ ਦੀ ਜੈਕਟ ਦਾ ਰਾਜ਼ ਵੀ ਅਜੇ ਤੱਕ ਰਾਜ਼ ਹੀ ਹੈ। ਪਰ ਮਾਨ ਪਾਰਟੀ ਦੇ ਇੱਕ ਲੀਡਰ ਅਨੁਸਾਰ ਕੈਪਟਨ ਸਾਹਿਬ ਦੀ ਜੈਕਟ ਬੁਲਟ ਪਰੂਫ ਹੈ, ਜਿਸ 'ਚੋਂ ਗੋਲੀ ਨਹੀਂ ਲੰਘ ਸਕਦੀ, ਅਤੇ ਇਹ ਜੈਕਟ ਸਿਲਕੀ ਹੈ, ਜਦੋਂ ਕਿ ਸਰਦਾਰ ਮਾਨ ਦੀ ਜੈਕਟ 'ਚੋਂ ਗੋਲੀ ਆਰ ਪਾਰ ਹੋ ਸਕਦੀ ਹੈ ਅਤੇ ਇਹ ਸੂਤੀ ਕੱਪੜੇ ਦੀ ਬਣੀ ਹੈ। ਜੈਕਟਾਂ ਦੀ ਸੱਚਾਈ ਤਾਂ ਜੈਕਟਾਂ ਪਾਉਣ ਵਾਲੇ ਜਾਣਨ, ਪਰ ਪੰਜਾਬ ਦੀ ਸਿਆਸਤ 'ਤੇ ਇਹਨਾਂ ਦੋ ਸਾਂਢੂਆਂ ਦੀਆਂ ਜੈਕਟਾਂ ਇੰਨੀ ਦਿਨੀ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਜ਼ਰੂਰ ਨੇ।